ਰਹੀਮ ਅਸਲਾਮ ਵਾਲੇਕਮ ਮੇਰੇ ਤਮਾਮ ਭੈਣਾਂ ਭਾਈਆਂ ਕੀ ਹਾਲ ਚਾਲ ਆ, ਉਮੀਦ ਕਰਨੀ ਆ ਕਿ ਠੀਕ ਠਾਕ ਉਸ ਪਰ ਅੱਲਾਹ ਪਾਕ ਦਾ ਸ਼ੁਕਰ ਕਿ ਅਸੀਂ ਠੀਕ ਠਾਕ ਆ, ਜਿੱਥੇ ਰਹੋ ਉਸਤੇ ਮੁਸਕਰਾਉਂਦੇ ਰਹੋ, ਸਾਡੀਆਂ ਦੁਆਵਾਂ ਹਮੇਸ਼ਾ ਤੁਹਾਡੇ ਨਾਲ ਹਨ। ਪਰ ਅੱਲਾਹ ਪਾਕ ਖੁਸ਼ ਰੱਖੇ ਅਤੇ ਆਬਾਦ ਰੱਖੇ ਸਾਡੇ ਸਭ ਭੈਣਾਂ ਭਾਈਆਂ ਨੂੰ, ਪਰ ਜਿੰਨਾ ਕੋਈ ਔਲਾਦ ਨਹੀਂ ਹੈਗੀ ਅੱਲਾਹ ਪਾਕ ਉਹਨਾਂ ਨੂੰ ਨੇਕ ਔਲਾਦ ਦੇਵੇ, ਜਿੰਨਾ ਕੋਈ ਕਾਰੋਬਾਰ ਨਹੀਂ ਹੈਗਾ ਅੱਲਾਹ ਪਾਕ ਉਹਨਾਂ ਨੇਕ ਦੁਆ ਨਾ ਕਿ ਔਲਾਦ ਦੇਵੇ ਔਰ ਕਾਰੋਬਾਰ ਦੇਵੇ, ਪਰ ਸਭ ਤੋਂ ਅੱਲਾਹ ਪਾਕ ਆਪਣੀ ਰਹਿਮਤ ਕਰੇ, ਅੱਲਾਹ ਪਾਕ ਖੁਸ਼ ਰੱਖੇ ਅਤੇ ਆਬਾਦ ਰੱਖੇ ਸਾਡੇ ਸਭ ਭੈਣਾਂ ਭਾਈਆਂ ਨੂੰ, ਪਰ ਜਿਹੜੇ ਬਿਮਾਰ ਹੈਗੇ ਨਾ ਅੱਲਾਹ ਪਾਕ ਉਹਨਾਂ ਨੂੰ ਸ਼ਫਾ ਦੇਵੇ ਔਰ ਸਭ ਨੂੰ ਖੁਸ਼ ਰੱਖੇ ਅਤੇ ਆਬਾਦ ਰੱਖੇ। ਅਤੇ ਸੁਬਹਾ ਸੁਬਹਾ ਦਾ ਟਾਈਮ ਹੈਗਾ ਅਤੇ ਅੱਜ ਅੱਲਾਹ ਪਾਕ ਨੂੰ ਯਾਦ ਕਰਕੇ ਅੱਜ ਵੀ ਲੋਕ ਦਾ ਕਰਨੇ ਹੈਗਾ ਆਗਾਜ਼, ਔਰ ਜਿਹੜਾ ਹੈਗਾ ਨਾ ਅੱਜ ਹੈਗਾ ਜੁਮਾ ਮੁਬਾਰਕ ਹੈ, ਪਰ ਮਾਸ਼ਾ ਅੱਲਾਹ ਨਾ ਜੁਮਾ ਮੁਬਾਰਕ ਸਭ ਭੈਣ ਭਾਈਆਂ ਨੂੰ ਹੋਵੇ, ਪਰ ਅੱਲਾਹ ਪਾਕ ਇਸ ਜੁਮੇ ਦੇ ਸਦਕੇ ਸਭ ਦੀਆਂ ਮੁਸ਼ਕਲਾਂ ਆਸਾਨ ਕਰੇ ਔਰ ਸਭ ਨੂੰ ਖੁਸ਼ੀਆਂ ਦੇਵੇ ਅੱਲਾਹ ਪਾਕ। ਔਰ ਅਸੀਂ ਜਿਹੜੇ ਹੈਗੇ ਨਾ ਸੁਬਹਾ ਸੁਬਹਾ ਉੱਠੇ ਹੈਗੇ ਹਾਂ, ਕੋਈ ਕੰਮ ਕਰਨੇ ਹੈਗੇ ਹਾਂ ਕਾਰੋਬਾਰ ਦਾ, ਔਰ ਜਿਹੜੀ ਚਾਹ ਹੈਗੀ ਨਾ ਉਹ ਮੈਂ ਰੱਖ ਦਿੱਤੀ ਹੈਗੀ ਬਣਾਉਣ ਵਾਸਤੇ, ਅਤੇ ਬੱਚਾ ਨਾਸ਼ਤਾ ਕਰਵਾਉਂਦੇ ਹਾਂ। ਹਾਂਜੀ, ਅਤੇ ਮਾਸ਼ਾ ਅੱਲਾਹ ਨਾ ਨਾਸ਼ਤਾ ਵਗੈਰਾ ਅਸੀਂ ਕਰ ਲਿਆ ਹੈਗਾ, ਔਰ ਕੁਛ ਬਰਤਨ ਹੈਗੇ ਸੀ ਉਹ ਵੀ ਮੈਂ ਨਾ ਰੱਖ ਲਏ ਗਏ ਹਨ, ਉਹ ਧੋਣੇ ਹੈਗੇ ਹਨ। ਅਤੇ ਜਿਹੜੀ ਸਟੀਲ ਦੀ ਟੋਕਰੀ ਹੁੰਦੀ ਨਾ ਜਿਹਦੇ 'ਚ ਸਾਰੇ ਯਾਨੀ ਕਿ ਬਰਤਨ ਪੂਰੇ ਆ ਜਾਂਦੇ ਹਨ, ਉਹ ਵੀ ਹੁਣ ਲਾਇਆਵਾਂਗੇ ਕਿਉਂਕਿ ਟੋਕਰੀ ਬਿਲਕੁਲ ਛੋਟੀ ਜਿਹੀ ਹੈਗੀ, ਅਤੇ ਮਾਸ਼ਾ ਅੱਲਾਹ ਸਾਡੇ ਬਰਤਨ ਕਾਫੀ ਸਾਰੇ ਹੁੰਦੇ ਹਨ, ਔਰ ਜਿਹੜੀ ਮੈਗੀ ਨਾ ਸਾਰੇ ਦੋ ਦੋ ਕੇ ਨਾ ਮੰਜੀ 'ਤੇ ਰੱਖ ਲਏ ਹਨ, ਛਾਬੀਆਂ ਵੀ ਦੋ ਲਈਆਂ ਹਨ, ਔਰ ਸਾਰੇ ਬਰਤਨ ਦੋ ਕੇ ਮੰਜੀ 'ਤੇ ਰੱਖੇ ਹਨ, ਔਰ ਕੁਛ ਪਏ ਹੋਏ ਵੀ ਹੈਗੇ ਹਨ। ਹਾਂ ਦੇਖੋ ਕਾਫੀ ਸਾਰੇ ਡੱਬੇ ਵਗੈਰਾ ਨਾ, ਮੈਂ ਕਿਹਾ ਚਲੋ ਜੀ ਇਹ ਵੀ ਧੋ ਲੈਂਦੀ ਹਾਂ, ਕਿਉਂਕਿ ਆਸਤਾ ਆਸਤਾ ਕੰਮ ਜਿਹੜਾ ਹੈਗਾ ਨਾ ਇਹ ਆਸਤਾ ਆਸਤਾ ਹੁੰਦਾ, ਥੋੜ੍ਹਾ 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 ਕੋਈ ਨਾ ਕੋਈ ਨਿਕਲਦਾ ਆਉਂਦਾ, ਅਤੇ ਇਸ ਵਾਸਤੇ ਵੀ ਮੈਂ ਰੱਖਿਆ ਵੀ ਧੋਣੇ ਹੈਗੇ ਨੇ, ਔਰ ਮਾਸ਼ਾ ਅੱਲਾਹ ਆਹ ਜਿਹੜੇ ਮੈਂ ਸਾਰੇ ਦੋ ਕੇ ਰੱਖ ਲਏ ਹੈਗੇ ਨੇ, ਔਰ ਨਾ ਇੱਥੇ ਮੈਂ ਲਵਾਉਣੇ ਹੈਗੇ ਸੀ ਉਹ ਲੱਕੜ ਦੇ ਜਿਹੜੇ ਉੱਤੇ ਲੱਗਦੇ ਹੈਗੇ ਨੇ ਗੱਲੇ, ਉਹਨਾਂ ਦੇ ਉੱਪਰ ਅੱਗੇ ਉਹ ਵੀ ਲੱਗ ਜਾਣੇ ਸੀ, ਲੇਕਿਨ ਹੁਣ ਨਾ ਹੀ, ਔਰ ਇਨਸ਼ਾਅੱਲਾ ਅੱਲਾਹ ਫਿਰ ਹਿੰਮਤ ਦੇਵੇਗਾ ਤਾਂ ਫਿਰ ਲਵਾਵਾਂਗੇ। ਔਰ ਅੱਜ ਜਿਹੜਾ ਹੈਗਾ ਨਾ ਮੈਂ ਪੜ੍ਹਦਾ ਸੀ ਕਿ ਨਾ ਇਸ ਸਾਈਡ 'ਤੇ, ਕਿਉਂਕਿ ਚੀਜ਼ਾਂ ਵਿੱਚ ਨਜ਼ਰ ਨਾ ਆਉਣਗੀਆਂ, ਇਸ ਵਾਸਤੇ ਪੜ੍ਹਦਾ ਸੀ ਕਿ ਨਾ ਇੱਥੇ ਚਾਰ ਚਫੇਰ ਲਾ ਦੇਵਾਂਗੀ, ਔਰ ਬਾਕੀ ਜਿਹੜਾ ਨਾ ਹਾਲੇ ਸਫਾਈ ਸਫੂਈ ਕਰਨ ਵਾਲੀ, ਕਿਉਂਕਿ ਗੱਟਾ ਗੁੱਟਾ ਕਾਫੀ ਹੈ ਤਾਂ ਆਸਤਾ ਆਸਤਾ ਨਿਕਲੇਗਾ ਦੇਖੋ, ਅਤੇ ਬਾਕੀ ਜਿਹੜਾ ਹੈ ਮੈਂ ਕਿਹਾ ਚਲੋ ਸਫਾਈ ਸਫੂਈ ਕਰ ਲੈਂਦੇ ਹੈਗੇ, ਬਰਤਨ ਵੀ ਇੱਥੇ ਰੋ ਕੇ ਰੱਖ ਲਏ ਗਏ, ਔਰ ਇੱਥੇ ਕੱਪੜਾ ਕੁਪੜਾ ਮੈਂ ਕਿਹਾ ਮਾਰ ਕੇ ਨਾ ਅਤੇ ਇੱਥੇ ਪੜ੍ਹਦਾ ਬਣਾਉਂਦੇ ਹੈਗੇ, ਔਰ ਕੱਪੜੇ ਕੁਪੜੇ ਕਾਫੀ ਸਾਰੇ ਅੱਜ ਪੈ ਗਏ ਨੇ, ਜਿਹੜਾ ਥੋੜ੍ਹਾ ਬਹੁਤ ਕੰਮ ਕਰਨ ਵਾਲਾ ਉਹ ਕੱਲ੍ਹ ਕਾਫੀ ਕੀਤਾ ਸੀ, ਲੇਕਿਨ ਅੱਜ ਫਿਰ ਵੀ ਇਹਨਾਂ ਕੰਮ ਕਾਫੀ ਹੈਗਾ, ਅਤੇ ਬਸ ਥੋੜ੍ਹੇ ਜਿਹੇ ਰਹਿ ਗਏ ਹਨ, ਕਿਉਂਕਿ ਇਹ ਹੈਗੇ ਨਮਕ ਮਿਰਚਾਂ ਵਾਲੇ, ਕਿਉਂਕਿ ਅੱਗੇ ਗੱਟੇ ਗੱਟੇ ਹੋਏ ਪਏ ਸੀ ਸਾਰੇ, ਔਰ ਇਹ ਜਿਹੜਾ ਨਾ ਮੈਂ ਕਿਹਾ ਚਲੋ ਹੁਣ ਨਾਲ ਨਾਲ ਰੋਕ ਰੱਖਾਂ, ਕਿਉਂਕਿ ਪੁਰਾਣੀ ਚੀਜ਼ ਵੀ ਹੋਵੇ ਨਾ ਅਤੇ ਉਹਦੀ ਸਫਾਈ ਹੋਵੇ ਨਾ ਤਾਂ ਬਿਲਕੁਲ ਜੀ ਨਵੀਂ ਲੱਗਦੀ ਹੈਗੀ ਹੈ, ਅਤੇ ਇਸ ਵਾਸਤੇ ਨਾ ਮੈਂ ਕਿਹਾ ਚਲੋ ਦੂਸਰਾ ਨਾ ਡੱਬੇ ਵਗੈਰਾ ਆਹ ਸਾਰੇ ਬਾਕੀ ਅੱਜ ਸਾਰੀ ਮੈਂ ਧੋ ਲਈ ਹੈਗੀ ਹੈ, ਸਿਰਫ ਡੱਬੇ ਰਹਿ ਗਏ ਹਨ, ਬਾਲਟੀਆਂ ਬੁਲਟੀਆਂ ਹੈਗੀਆਂ, ਚਲੋ ਜੀ ਮੈਂ ਕਿਹਾ ਵੀ ਧੋ ਲੈਂਦੇ ਹੈਗੇ ਹਾਂ, ਅਤੇ ਕਿਉਂ ਜੀ ਸਫਾਈ ਹੋ ਜਾਵੇਗੀ ਅੱਛੇ ਤਰੀਕੇ ਨਾਲ ਸਾਰੀ, ਤਰਾਈ ਦੀ ਵਜ੍ਹਾ ਤੋਂ ਬਿਸਤਰੇ ਵੀ ਗਿੱਲੇ ਹੋ ਜਾਂਦੇ ਯਾਰ ਰੱਖੀ ਵੇਣ ਤਾਂ, ਤੇ ਹੁਣ ਜਿਹੜਾ ਹੈਗਾ ਨਾ ਇਹਨਾਂ ਉੱਪਰ ਅੱਜ ਛੱਤ ਤੇ ਪਾਵਾਂਗੇ ਸਾਰਾ ਦਿਨ ਸੁੱਕਣੇ, ਸ਼ਾਮ ਤੱਕ ਜਾਣਗੇ ਸੁੱਕ ਤੇ ਫਿਰ ਲਾਹ ਲਿਆਵਾਂਗੇ ਥੱਲੇ, ਤੇ ਬਰਤਨ ਧੋ ਕੇ ਨਾ ਉੱਤੇ ਬਿਸਤਰੇ ਪਾਉਂਦੇ ਹਾਂ ਸਾਰੇ ਸੁੱਕਣੇ, ਇਨਸ਼ਾਅੱਲਾ ਤਾਲਾ ਜਿਹੜਾ ਕੰਮ ਕਰਨਾ ਹੈਗਾ ਥੋੜ੍ਹਾ ਬਹੁਤ ਹੋ ਜਾਵੇਗਾ, ਕਿਉਂਕਿ ਫਿਰ ਨੂਰ ਫਾਤਾਰਾਂ ਨੂੰ ਵੀ ਆਉਣਾ ਹੈਗਾ ਉਹਨਾਂ ਨੇ, ਅਤੇ ਨਾਲੇ ਉਹਨਾਂ ਬੱਚਿਆਂ ਦਾ ਵੀ ਕੋਈ ਹਿਸਾਬ ਕਿਤਾਬ ਲਾਉਂਦੇ, ਕਿਉਂਕਿ ਈਦ ਦੇ ਵੀ ਦੋ ਦਿਨ ਰਹਿ ਗਏ, ਕਹਿੰਦੇ ਪੈ ਸਵਾਰ ਦੀ ਈਦ ਹੈਗੀ ਹੈ, ਅਤੇ ਫਿਰ ਮੈਂ ਕਿਹਾ ਚਲੋ ਜਿਹੜਾ ਹਾਂਜੀ, ਅਤੇ ਮਾਸ਼ਾਅੱਲਾ ਨਾ ਦੂਸਰੇ ਬਰਤਨ ਵਗੈਰਾ ਤਾਂ ਸਾਰੇ ਦੋ ਵੀ ਹੈਗੇ ਹਨ, ਔਰ ਜਿਹੜੀ ਆਟੇ ਡਰੰਮੀ ਹੈਗੀ ਸੀ ਨਾ ਸਾਡਾ ਆਟਾ ਖਤਮ ਹੋਇਆ ਹੋਇਆ ਸੀ, ਅਤੇ ਵਾਹ ਵਾਹੀਦੇ ਸੀ ਵੀ ਗੱਟਾ ਮਿੱਟੀ ਪਿਆ ਹੋਇਆ ਸੀ, ਮੈਂ ਕਿਹਾ ਚਲੋ ਜੀ ਇਹਨੂੰ ਧੋ ਲੈਂਦੇ ਹਾਂ, ਕਿਉਂਕਿ ਹੁਣ ਇੱਕ ਵਾਰੀ ਆਸਤਾ ਆਸਤਾ ਹੀ ਗੱਟਾ ਉੱਗੀ ਜਿਹੜਾ ਹੈਗਾ ਨਾ ਉਹ ਆਸਤਾ ਆਸਤਾ ਨਿਕਲਣਾ ਹੈਗਾ, ਤਾਂ ਕਰਕੇ ਅਤੇ ਨਾਲੇ ਹੁਣ ਦੋ ਸੁੱਕਣੇ ਰੱਖਾਂਗੇ ਠੀਕ ਠਾਕ,
ਜਿਹੜਾ ਨਹੀਂ ਖਰਾਬ ਹੁੰਦਾ ਵਿੱਚ ਕੀੜੀ ਜਿੰਨੀ ਲੱਗ ਜਾਊਗੀ। ਤੇ ਇੱਕ ਜਿਹੜਾ ਹੈਗਾ ਨਾ ਔਰ ਜਿਹੜਾ ਹੈਗਾ ਨਾ ਬਰਤਨ ਜਿਹੜੇ ਨਾ ਕੁਛ ਉਹ ਵੀ ਜੋੜ ਲਏ ਹੈਗੇ ਨਾ। ਔਰ ਇਬਰਾਹਿਮ ਨੇ ਨਾ ਜੀ ਆਪਣੇ ਖਿਲੋਣੇ ਜਿਹੜੇ ਹੈਗੇ ਸੀ ਨਾ ਆਏ ਸੀ ਨਾ ਲਿਆਂਦੇ ਹੋਏ ਸੀ ਪਹਿਲਾਂ ਦੇ, ਤੇ ਇਹ ਵੀ ਉਹਨੇ ਨਾ ਜੋੜ ਦਿੱਤੇ ਹੈਗੇ ਨੇ ਸਾਰੇ। ਔਰ ਮੈਂ ਨਾਲ ਕੁਛ ਬਰਤਨ ਵੀ, ਕਿਉਂਕਿ ਮੈਨੂੰ ਬਹੁਤ ਜ਼ਿਆਦਾ ਸ਼ੌਕ ਹੁੰਦੀ ਬਰਤਨ ਦੀ ਜੋੜਨ ਦੀ ਇਸ ਵਾਸਤੇ, ਅਤੇ ਉਹ ਜਿਹੜੇ ਥੋੜ੍ਹੇ ਬਹੁਤ ਹੈਗੇ ਨੇ ਉਹ ਮੈਂ ਜੋੜ ਦਿੱਤੇ ਹੈਗੇ ਨਾ। ਅਤੇ ਇਨਸ਼ਾਅੱਲਾ ਹੁਣ ਨਾ ਫਿਰ ਮੈਂ ਨਾ ਬਰਤਨ ਜਿਹੜੇ ਹੈਗੇ ਨਾ ਹੋਰ ਸਭ ਜੋੜਾਂਗੀ। ਔਰ ਕੱਪੜੇ ਜਿਹੜੇ ਹੈਗੇ ਨਾ ਇੱਧਰ ਉਹ ਥੋੜ੍ਹੇ ਜਿਹੇ ਰਹਿ ਗਏ ਕੱਪੜੇ, ਥੋੜ੍ਹੇ ਜਿਹੇ ਕੱਢਣ ਕੁੱਢਣ ਨਾਲ ਉਹ ਬਿਸਤਰੇ ਜਿਹੜੇ ਨਾ ਕੁਛ ਅੱਧੇ ਮੈਂ ਬੱਚਿਆਂ ਦੇ ਹੱਥ ਉੱਤੇ ਭੇਜ ਦਿੱਤੇ ਹੈ, ਅਤੇ ਕੁਛ ਥੋੜ੍ਹੇ ਜਿਹੇ ਰਹਿ ਗਏ ਨੇ ਇਹ ਬਿਸਤਰੇ ਉਹ ਉੱਪਰ ਲੱਗ ਜਾਂਦੇ ਸਾਰੇ ਸਰੀਕ ਨਾਲ ਸੁਕਣੇ ਪਾ ਜਾਂਦੇ ਹੈ, ਕਿਉਂਕਿ ਅੰਦਰ ਵੇਲ ਬੜੀ ਹੈਗੀ ਅਤੇ ਉਹ ਗਿੱਲੇ ਹੋ ਜਾਂਦੇ ਨੇ ਪੈ ਪੈ, ਇਸ ਵਾਸਤੇ ਮੈਂ ਹੁਣ ਲਾ ਕੇ ਉੱਪਰ ਚੱਲਦੇ ਹਾਂ ਅਤੇ ਇਹ ਰੱਖ ਲੈਂਦੇ ਹਾਂ। ਹਾਂਜੀ ਅਤੇ ਮਾਸ਼ਾਅੱਲਾ ਨਾ ਮੈਂ ਤਾਂ ਨਾ ਥੱਕ ਜਾਂਦੀ ਹੈਗੀ ਹਾਂ ਉੱਤੇ ਆਉਣ ਲੱਗਿਆਂ ਵੀ, ਅਤੇ ਬਹਰਹਾਲ ਨਾ ਕੁਛ ਆ ਵੇਖੋ ਨਾ ਮੈਂ ਬੱਚਿਆਂ ਦੇ ਉੱਤੇ ਭੇਜੀ ਹੋਈ ਸੀ ਸੁੱਕਣੇ, ਮੈਂ ਕਿਹਾ ਪਾ ਦਿਓ। ਅਤੇ ਹੋਰ ਨਾ ਹੁਣ ਜਿਹੜੇ ਆ ਹੈਗੇ ਨਾ ਮੈਂ ਇਹ ਵੀ ਅਸੀਂ ਪਾ ਲੈਂਦੇ ਹਾਂ ਸੁੱਕਣੇ। ਸਰਦਾਰ ਭਾਈ ਹੋਰੀ ਵੀ ਆਪਣੇ ਕਮਰੇ ਦੀ ਸਫਾਈ ਕਰਦੇ ਪੈਣ, ਔਰ ਉਹਨਾਂ ਨੇ ਵੀ ਨਾ ਲਾੜ ਛੜ ਧੋ ਕੇ ਉੱਤੇ ਪਾਏ, ਹੁਣ ਉਹਨਾਂ ਨੇ ਵੀ ਸੁੱਕਣੇ। ਪਰ ਇਹ ਨਾ ਗਿੱਲੇ ਹੈਗੇ ਸੀ ਅਤੇ ਕੁਛ ਸੁੱਕ ਜਾਣਗੇ, ਆ ਵੇਖੋ ਨਾ ਮੈਂ ਬੱਚਿਆਂ ਦੇ ਸੁਬਾਹ ਨੇ ਉੱਪਰ ਭੇਜ ਦਿੱਤੇ ਸੀ। ਇਹਨਾਂ ਦੇ ਨਾ ਛਾੜੇ ਛੁੜੇ ਜੀ ਉੱਪਰ ਵਾਲੇ ਸੀਨ ਵਾਲੇ ਹੈਗੇ ਨੇ, ਅੱਜ ਉੱਤੇ ਮੈਂ ਨਹੀਂ ਪਾਏ ਹੈਗੇ। ਹੋਰ ਕੁਛ ਚਾਦਰਾਂ ਚੁਦਰਾਂ ਪਈਆਂ ਨਹੀਂ ਹੈਗੀਆਂ ਆਉਣ ਵਾਲੇ ਦੋਹਾਂ ਵਾਲੀਆਂ, ਉਹ ਵੀ ਦੋ ਲਵਾਂਗੇ। ਔਰ ਜਿਹੜਾ ਬਸ ਕੰਮ ਗਿਆ ਉਹ ਸਾਰੇ ਸੁਕਣੇ ਪਾਤੇ, ਔਰ ਬਾਈ ਉਹਨਾਂ ਨੂੰ ਵੀ ਸੁਖਿਆਈ ਬੜੀ ਬਣ ਗਈ ਹੈਗੀ। ਉਹਨਾਂ ਨੂੰ ਵੀ ਮੈਂ ਕਿਹਾ ਹੈਗਾ ਕਿ ਤੁਸੀਂ ਨਾ ਆਪਣੇ ਕੱਪੜੇ ਦੋ ਕੇ ਨਾ ਸਾਰੇ ਉੱਤੇ ਜਿੰਨੇ ਮਰਜ਼ੀ ਦਿਲ ਕਰਦਾ ਪਾ ਲਓ, ਕਿਉਂਕਿ ਨਾਲੋਂ ਨਾਲ ਪਾਈ ਜਾਵਾਂਗੇ ਨਾਲੋਂ ਨਾਲ ਸੁੱਕ ਜਾਣਗੇ। ਅਤੇ ਹੁਣ ਚੱਲ ਕੇ ਵੇਖਣਾ ਥੱਲੇ ਕੀ ਕਰਨਾ ਹੈਗਾ। ਮਾਸ਼ਾਅੱਲਾ ਕੰਮ ਜਿਹੜਾ ਹੈਗਾ ਨਾ ਮੈਂ ਕਾਫੀ ਸਾਰਾ ਨਿਬੇੜ ਲਿਆ ਹੈਗਾ ਹੈ। ਔਰ ਅਸਲਮ ਜੀ ਵੀ ਇੰਨਾ ਤਿਆਰੀ ਕਰਦੇ ਪੈਣ ਚੱਲੇ ਹੈਗੇ ਨਾ ਆਪਣਾ ਜੁਮਾ ਪੜਨ ਵਾਸਤੇ, ਔਰ ਸਾਲਣ ਜਿਹੜਾ ਨਾ ਅਸੀਂ ਅੱਜ ਦੁਪਹਿਰ ਟਾਈਮ ਬਣਾਉਂਦੇ ਪਏ ਹਾਂ ਕਿਉਂਕਿ ਭੁੱਖ ਲੱਗੀ ਹੋਈ ਹੈਗੀ ਹੈ, ਔਰ ਬੱਚੇ ਜਿਹੜੇ ਹੈਗੇ ਨਾ ਉਹਨਾਂ ਨੂੰ ਵੀ ਭੁੱਖ ਲੱਗੀ ਹੋਈ, ਬਾਕੀ ਕੰਮ ਵਗੈਰਾ ਤਾਂ ਮਾਸ਼ਾਅੱਲਾ ਮੈਂ ਸਾਰਾ ਕਰ ਲਿਆ ਹੈਗਾ ਹੈ। ਅਤੇ ਹੁਣ ਸਾਲਣ ਪੱਕਾ ਦਾ ਅਤੇ ਉਹ ਜੁਮਾ ਪੜ ਕੇ ਆਉਂਦੇ ਤਾਂ ਫਿਰ ਰੋਟੀ ਖਾਂਦੇ ਹੈਗੇ ਹਾਂ। ਇਬਰਾਹਿਮ ਹੋਰੀ ਵੀ ਜਿਹੜਾ ਹੈ ਨਾ ਉਹ ਵੀ ਤਿਆਰ ਹੁੰਦੇ ਪੈਣ, ਅਤੇ ਮਾਸ਼ਾਅੱਲਾ ਜੀ ਇਬਰਾਹਿਮ ਜਾ ਜੀ ਤੂੰ ਵੀ ਨਾਲ, ਅਤੇ ਸਾਲਣ ਵੀ ਸਾਡਾ ਪੱਕਾ ਖਲੋਤਾ ਹੈ ਕਿਉਂਕਿ ਅੱਜ ਬਹੁਤ ਕਾਫੀ ਲੱਗ ਗਏ, ਕਿਉਂਕਿ ਅਸੀਂ ਇਹਨਾਂ ਮਿਸਤਰੀਆਂ ਦੇ ਨਾਲ ਇਸ ਟਾਈਮ ਰੋਟੀ ਖਾਣ 'ਤੇ ਗਿੱਜ ਗਏ ਹੈਗੇ ਹਾਂ, ਕਿਉਂਕਿ ਮਿਸਤਰੀਆਂ ਵਾਸਤੇ ਰੋਜ਼ਾਨਾ ਇਸ ਟਾਈਮ ਪਕਾਈ ਦੀ ਸੀ, ਅਤੇ ਹੁਣ ਆਪ ਨੂੰ ਵੀ ਇਸ ਟਾਈਮ ਭੁੱਖ ਲੱਗ ਜਾਂਦੀ ਹੈਗੀ ਹੈ ਕਿਉਂਕਿ ਕਾਫੀ ਮਹੀਨਾ ਡੇਢ ਹੋ ਗਿਆ ਸੀ। ਹਾਂਜੀ ਅਤੇ ਮਾਸ਼ਾਅੱਲਾ ਅਸਲਮ ਜੀ ਵੀ ਜੁਮਾ ਪੜ ਕੇ ਆ ਗਏ ਹੈਗੇ ਨੇ, ਔਰ ਅਸੀਂ ਰੋਟੀ ਪਾਣੀ ਵੀ ਖਾ ਲਿਆ ਗਾ ਹੈ, ਅਤੇ ਔਰ ਅੱਲਾ ਨੂੰ ਯਾਦ ਕਰਕੇ ਨਾ ਅਸੀਂ ਲੱਗੇ ਆਪਣੇ ਕੁਛ ਕੰਮ ਨੂੰ ਵੀ ਸ਼ੁਰੂ ਕਰਨ, ਕਿਉਂਕਿ ਮਿਹਨਤ ਜਿਹੜੀ ਹੈਗੀ ਨਾ ਉਹ ਬਹੁਤ ਜ਼ਰੂਰੀ ਹੁੰਦੀ ਹੈ। ਇਸ ਵਾਸਤੇ ਕੁਛ ਮੈਂ ਇੱਥੇ ਬਣਾਉਂਦੇ ਹੈਗੇ ਹਾਂ ਜਿਸ ਤਰੀਕੇ ਅੱਗੇ ਅਸੀਂ ਮਿੱਟੀ ਵੇਚਦੀ ਹੈਗੀ ਸੀ,
ਉਸ ਤਰੀਕੇ ਨਾਲ ਇੱਥੇ ਟੋੜਾ ਬਣਾਵਾਂਗੇ ਅਤੇ ਫਿਰ ਅਸੀਂ ਨਾ ਟੋੜਾ ਬਣਾ ਕੇ ਨਾ ਵਿੱਚ ਛਾਪਰ ਪਾ ਲਵਾਂਗੇ ਜਿਸ ਤਰੀਕੇ ਅੱਗੇ ਅੱਗੇ ਅਸੀਂ ਮਿੱਟੀ ਵੇਚਦੀ ਹੈਗੀ ਸੀ ਨਾ ਉਸ ਤਰੀਕੇ ਚਾਰ ਚੁਫੇਰੇ ਨਿੱਕਾ ਜਿਹਾ ਟੋੜਾ ਬਣਾ ਕੇ ਵਿੱਚ ਮਿੱਟੀ ਵੇਚ ਰੱਖਾਂਗੇ ਹਾਂਜੀ ਨਾਲ ਇੱਕ ਦੋ ਬਣਾਈ ਰੱਖਾਂਗੇ ਹਾਂਜੀ ਇਹ ਸਾਰੀ ਕੱਢ ਕੇ ਨਾ ਆਪਾਂ ਨੀਂਦ ਨਾਲ ਦੇ ਦੇਵਾਂਗੇ ਅਤੇ ਨਾਲ ਇੱਥੇ ਟੋੜਾ ਵੀ ਬਣ ਜਾਵੇਗਾ ਹਾਂਜੀ ਮੈਂ ਨਾਲ ਇੱਕ ਦੋ ਬਣਾਈ ਰੱਖਾਂਗੀ ਆਪਣਾ ਘਰ ਦਾ ਖਰਚ ਚੱਲਿਆ ਰਹੇਗਾ ਔਰ ਜਿਹੜਾ ਦੂਸਰਾ ਹੈਗਾ ਨਾ ਇਹ ਇਹ ਵੀ ਅਸੀਂ ਕੱਲ੍ਹਾਂ ਨੂੰ ਯਾਦ ਕਰਕੇ ਨਾ ਕੋਈ ਕੰਮ ਦਾ ਹਿਸਾਬ ਕਿਤਾਬ ਲਾਉਂਦੇ ਹੈਗੇ ਹਾਂ ਕਾਰੋਬਾਰ ਤਾਂ ਹੈ ਨਹੀਂ ਹਾਂਜੀ ਕਾਰੋਬਾਰ ਹੈ ਹੁਣ ਦੱਸ ਦਿੰਦੇ ਵੀ ਹਾਲੀ ਚੱਲੇਗਾ ਚਲੋ ਹਾਂਜੀ ਗੁਜ਼ਾਰਾ ਹੁੰਦਾ ਰਹੇਗਾ ਜੀ ਬਿਲਕੁਲ ਨਾਲ ਵਿਕੇਗਾ ਨਾਲ ਕੋ ਅੱਲਾ ਪਾਕ ਕਰ ਸੀ ਤੇ ਕੋਈ ਨਾ ਕੋਈ ਕਾਰੋਬਾਰ ਵੀ ਕਰਾਂਗੇ ਹਾਂਜੀ ਇਨਸ਼ਾ ਅੱਲਾ ਤਾਲਾ ਥੋੜ੍ਹਾ ਜਿਹਾ ਪਰੇ ਕਰ ਲਓ ਥੋੜ੍ਹਾ ਜਿਹਾ ਸਾਈਡ ਤੋਂ ਕਰ ਲਓ ਸਾਈਡ ਤੇ ਹਾਂਜੀ ਮਿੱਟੀ ਨਾ ਕਾਫੀ ਜੰਮੀ ਪਈ ਹੈਗੀ ਹੈ ਕਾਫੀ ਜ਼ੋਰ ਨਾਲ ਪੱਟੀ ਜਾਂਦੀ ਪਈ ਹੈ ਹਾਂਜੀ ਕਾਫੀ ਪੱਕੀ ਹੋਈ ਪਈ ਹੈ ਤੇ ਛੋਟਾ ਜਿਹਾ ਬਣਾਵਾਂਗੇ ਕਿ ਚਲੋ ਕੋਈ ਦੋ ਚਾਰ ਨਿਕਲ ਲਿੰਬੀਆਂ ਜਾਣਗੀਆਂ ਰੋਜ਼ ਕੋਈ ਦੋ ਚਾਰ ਨਿਕਲਦੀਆਂ ਰੋਣਗੇ ਤੇ ਛੱਡ ਲਓ ਫਿਰ ਇਹ ਨਾ ਵੀ ਮਾਸ਼ਾਅੱਲਾ ਸੀ ਜਗ੍ਹਾ ਹਾਂਜੀ ਮਿੱਟੀ ਜੀ ਅਸੀਂ ਰੱਖੀ ਹੋਈ ਹੈ ਔਰ ਨਾਲ ਵਾਹਣ ਵੀ ਹੈ ਨਾ ਨਾਲ ਨਾਲ ਅਸੀਂ ਬਾਈ ਉਰੀ ਆਉਂਦੇ ਹਨ ਵੇਚਣ ਵਾਸਤੇ ਅਸੀਂ ਉਹਨਾਂ ਕੋਲ ਲੈ ਕੇ ਰੱਖਿਆ ਹੋਇਆ ਆਸਤੇ ਆਸਤੇ ਨਾਲ ਅਤੇ ਇਹ ਨਾਲ ਚਲੋ ਵਾਹਣ ਵੀ ਬਣਾ ਲਵਾਂਗੇ ਔਰ ਮਸ਼ੀਨ ਜਿਹੜੀ ਹੈਗੀ ਨਾ ਮਾਸ਼ਾਅੱਲਾ ਲਾ ਲਈ ਹੈਗੀ ਔਰ ਅਸੀਂ ਜਿਹੜੀ ਇਸ ਸਾਈਡ ਤੋਂ ਆਪਣੀ ਤਾਰ ਲਿਆਵਾਂਗੇ ਨਾ ਅਤੇ ਇੱਥੇ ਤਾਰ ਲਾ ਲਵਾਂਗੇ ਅਤੇ ਫਿਰ ਇਹ ਮੋਟਰ ਵੀ ਚੱਲ ਜਾਵੇਗੀ ਮਸ਼ੀਨ ਟੋਕਾ ਹਾਂਜੀ ਆਪ ਨਾ ਕੰਮ ਕਰੀਏ ਤੇ ਫਿਰ ਸ਼ਾਮ ਨੂੰ ਬੱਚਿਆਂ ਦਾ ਗੁਜ਼ਾਰਾ ਜਿਹੜਾ ਨਾ ਚੱਲਣਾ ਬਹੁਤ ਮੁਸ਼ਕਲ ਹੋ ਜਾਂਦਾ ਹੈਗਾ ਹਾਂਜੀ ਤੇ ਮਾਸ਼ਾਅੱਲਾ ਨਾ ਕੁਛ ਬਣ ਗਿਆ ਹੈਗਾ ਕੁਛ ਉਹਨਾਂ ਨਾ ਅਸੀਂ ਇਹਦੇ 'ਚ ਪਾਵਾਂਗੇ ਛਾਪਰ ਦੇਖੋ ਕਾਫੀ ਡੂੰਘਾ ਹੋ ਗਿਆ ਹੈਗਾ ਅਤੇ ਕੋਈ ਛਾਪਰ ਵਗੈਰਾ ਇਹਦੇ 'ਚ ਪਾਵਾਂਗੇ ਸਾਈਡਾਂ 'ਤੇ ਇੱਟਾਂ ਰੱਖਾਂਗੇ ਕਿਉਂਕਿ ਫਿਰ ਦੂਸਰੀ ਮਿੱਟੀ ਜਿਹੜੀ ਕੱਚੀ ਹੈ ਨਾ ਉਹ ਨਾ ਵਿੱਚ ਰਲੇਗੀ ਕਿਉਂਕਿ ਆਹ ਜਿਹੜੀ ਮਿੱਟੀ ਤੰਦੂਰਾਂ ਦੀ ਹੈਗੀ ਨਾ ਇਹ ਕੋਈ ਵੱਖਰੇ ਮਿੱਟੀ ਹੈਗੀ ਹੈ ਅਤੇ ਜਿਹੜੀ ਜੇ ਕੱਚੇ ਰਲੇ ਨਾ ਫਿਰ ਤੰਦੂਰ ਖਰਾਬ ਹੁੰਦੇ ਹੈਗੇ ਹਨ ਔਰ ਸਾਡੀ ਰੋਜ਼ੀ ਦਾ ਮਸਲਾ ਹੈਗਾ ਹੈ ਹਾਂਜੀ ਬਸ ਸਹੀ ਹੈ ਗਰਮੀ ਵੀ ਬੜੀ ਹੈਗੀ ਹੈ ਇਸ ਵਾਸਤੇ ਕੰਮ ਵੀ ਬੜਾ ਮੁਸ਼ਕਲ ਹੈਗਾ ਹੈਗਾ ਮੁਸ਼ਕਲ ਕੰਮ ਹੈ ਫਿਰ ਕਰਨਾ ਤਾਂ ਹੈ ਅਲਹਮਦੁਲਿਲਾ ਬੱਚਿਆਂ ਦੀ ਰੋਜ਼ੀ ਕਮਾਉਣੀ ਹੈ ਹਾਂਜੀ ਪਸੀਨਾ ਪਸੀਨੀ ਵੇਖੋ ਹੋ ਗਏ ਜੀ ਜੇ ਦਿਹਾੜੀ ਕਰਨੀ ਪਾ ਜਾਵੇ ਤਾਂ ਕੀ ਹੋਵੇਗਾ ਨਾ ਬਸ ਜੀ ਬੱਚੇ ਤਾਂ ਪੜ੍ਹਨੇ ਨਾ ਕਿਸੇ ਵੀ ਕਾਰੋਬਾਰ ਹਾਂਜੀ ਅਤੇ ਔਰ ਨਾ ਹਾਂਜੀ ਤੇ ਆਹ ਜਿਹੜਾ ਨਾ ਕਾਫੀ ਸਾਰਾ ਸੋਹਣਾ ਬਣ ਗਿਆ ਹੈਗਾ ਥੋੜੀ ਜਿਹੀ ਹੋਰ ਮਿੱਟੀ ਕੱਢ ਲਓ ਹਾਂਜੀ ਇਨਸ਼ਾਅੱਲਾ ਅੱਲਾ ਤਾਲਾ ਦੇ ਅਸੀਂ ਕੋਈ ਕੰਮ ਤੇ ਕੰਮ ਇਨਸ਼ਾਅੱਲਾ ਅਸੀਂ ਕਰਾਂਗੇ ਆਪਣਾ ਕੋਈ ਹਾਂਜੀ ਬਿਲਕੁਲ
ਕਿਉਂਕਿ ਮਾਸ਼ਾਅੱਲਾ ਦੂਸਰੇ ਭਾਈਆਂ ਸਾਰਿਆਂ ਨੇ ਆਪਣੀਆਂ ਆਪਣੀਆਂ ਦੁਕਾਨਾਂ ਬਣਾ ਲਈਆਂ। ਹਾਂਜੀ, ਅੱਲਾਹ ਤਾਲਾ ਨੇ ਬਾਈ ਸਫਦਰ ਵੀ ਆਪਦੀ ਦੁਕਾਨ ਬਣਾ ਲਈ ਕਰਿਆਨੇ ਦੀ, ਬੈਠ ਕੇ ਕਰੀਦੇ ਹਨ। ਅੱਲਾਹ ਤਾਲਾ ਕਰਸੀ ਇਨਸ਼ਾਅੱਲਾ, ਮੈਨੂੰ ਅੱਲਾਹ ਹਿੰਮਤ ਦੇਸੀ ਹਾਂਜੀ ਦੁਕਾਨ ਵੀ ਬਣਾ ਲਈ ਸੀ। ਹਾਂਜੀ ਇਨਸ਼ਾਅੱਲਾ ਸਾਡੀ ਦੁਕਾਨ ਦਾ ਹਿੱਸਾ ਪਿਆ ਹੈਗਾ, ਅਤੇ ਕਿਉਂਕਿ ਦੂਸਰੇ ਭਾਈਆਂ ਦੀ ਵੀ ਪਈ ਹੋਗੀ, ਸਾਡਾ ਵੀ ਪਿਆ ਹੈਗਾ ਇੱਕ ਹਿੱਸਾ, ਅਤੇ ਇਨਸ਼ਾਅੱਲਾ ਅੱਲਾਹ ਤਾਲਾ ਜਿਵੇਂ ਦੀ ਹਿੰਮਤ ਦੇਵੇਗਾ ਨਾ ਉਹ ਵੀ ਬਣਾਵਾਂਗੇ, ਅਤੇ ਆਪਣਾ ਕੋਈ ਕਾਰੋਬਾਰ ਹੀ ਕਰ ਲਵਾਂਗੇ ਇੱਥੇ ਬੂਹੇ ਦੇ ਉੱਤੇ। ਬਾਈ ਸਫਦਰ ਉਹਨੇ ਸਾਰਿਆਂ ਨੇ ਕਿਰਿਆਨੇ ਦੁਕਾਨਾਂ ਬਣਾਈਆਂ ਹੋਣ ਆਪੋ ਆਪਣੀਆਂ। ਹਾਂਜੀ ਹੁਣ ਇੱਥੇ ਮੇਰੀ ਖਾਲੀ ਜਗ੍ਹਾ ਪਈ, ਇਨਸ਼ਾਅੱਲਾ ਹਿੰਮਤ ਦੇਵੇਗਾ ਇਹ ਵੀ ਬਣਾਵਾਂਗੇ ਕਾਰੋਬਾਰ ਕਰ ਲਈ। ਹਾਂਜੀ ਬਸ ਇਹੀ ਵਿੱਚ ਸਾਈਡਾਂ ਤੂੰ ਨਾ ਕਰੋ ਹੁਣ, ਜ਼ਿਆਦਾ ਡੂੰਘਾ ਨਾ ਕਰੋ, ਬਸ ਇਹੀ ਮਿੱਟੀ ਵਿਚਲੀ ਕੱਢ ਲਓ, ਕਿਉਂਕਿ ਫਿਰ ਡੂੰਘੇ ਹੋ ਕੇ ਜ਼ਿਆਦਾ ਮਿੱਟੀ ਨਹੀਂ ਬੜੀ ਔਖੀ ਨਿਕਲਦੀ ਹੈਗੀ ਵਿੱਚੋਂ। ਹਾਂਜੀ ਅਤੇ ਛਾਪਰ ਵੀ ਪਿਆ ਹੈਗਾ, ਛਾਪਰ ਵਿੱਚ ਪਾ ਕੇ ਫਿਰ ਸਾਈਡਾਂ 'ਤੇ ਨਾ ਇੱਕ ਇੱਕ ਇੱਟ ਰੱਖ ਦਿਓ, ਅਤੇ ਇਨਸ਼ਾਅੱਲਾ ਤਾਲਾ ਅਸੀਂ ਆਪਣਾ ਕਾਰੋਬਾਰ ਅੱਲਾ ਨੂੰ ਯਾਦ ਕਰਕੇ ਸ਼ੁਰੂ ਕਰਾਂਗੇ, ਅਤੇ ਅੱਲਾ ਪਾਕ ਰੋਜ਼ੀ ਵੀ ਦੇਗਾ, ਕੋਈ ਨਾ ਕੋਈ ਸ਼ਾਮ ਤੱਕ ਵਿਕਦੀ ਰਹੇਗੀ ਇੱਕ ਅੱਧੀ, ਫਿਰ ਖਰਚਾ ਵੀ ਬਣਿਆ ਰਹੇਗਾ ਨਾਲੋ ਨਾਲ। ਔਰ ਜਿਹੜਾ ਹੈਗਾ ਨਾ ਇਹ ਸਾਡਾ ਕੰਮ ਹੈਗਾ ਸ਼ੁਰੂ ਤੋਂ, ਅਸੀਂ ਕਿਉਂਕਿ ਛੱਡ ਤਾਂ ਸਕਦੇ ਨਹੀਂ ਹੈਗੇ ਇਹ, ਅਤੇ ਇਨਸ਼ਾਅੱਲਾ ਤਾਲਾ ਐਸਾ ਨਹੀਂ ਹੈ ਛੱਡਦੀ, ਜੇ ਕੋਈ ਹੋਰ ਕੋਈ ਕਾਰੋਬਾਰ ਹੋਵੇ ਕੋਈ ਇਸ ਤਰ੍ਹਾਂ ਦਾ, ਕੋਈ ਅੱਲਾਹ ਤਾਲਾ ਕੋਈ ਦੇਵੇ ਇਸ ਤਰ੍ਹਾਂ ਦਾ ਕਾਰੋਬਾਰ ਕਿ ਜਿਹਦੇ ਵਿੱਚ ਬੱਚਿਆਂ ਨੂੰ ਸ਼ਾਮ ਨੂੰ ਰੋਜ਼ੀ ਮਿਲਦੀ ਰਹੇ। ਜੀ ਬਿਲਕੁਲ, ਅੱਲਾਹ ਤਾਲਾ ਇਨਸ਼ਾਅੱਲਾ ਦੇਵੇਗਾ ਅਗਲੇ ਕਰਾਂਗੇ, ਕਿਉਂਕਿ ਹਾਂਜੀ ਅੱਲਾਹ ਤਾਲਾ ਫਿਰ ਵੀ ਉਹਦੀ ਬਹੁਤ ਸ਼ੁਕਰੀਆ ਬਹੁਤ ਮਿਹਰਬਾਨੀ ਹੈ ਹਾਜੀ ਸਾਹਿਬ ਦੀ, ਜਿਹਨੇ ਕਿ ਸਾਨੂੰ ਨਾ ਉਮੀਦ ਆ ਸੀ ਵੀ ਘਰ ਜਿਹੜਾ ਨਾ ਉਹਨੇ ਇਤਨਾ ਪਿਆਰਾ ਬਣਾ ਦਿੱਤਾ ਇਤਨਾ ਖਰਚਾ ਕਰਕੇ, ਔਰ ਹੁਣ ਤਾਂ ਥੋੜ੍ਹੇ ਪੈਸੇ ਲੱਗਣੇ, ਅੱਲਾਹ ਤਾਲਾ ਹਿੰਮਤ ਦੇਸੀ ਅਤੇ ਅਸੀਂ ਇੱਕ ਦੁਕਾਨ ਇੱਥੇ ਬਣਾ ਲਵਾਂਗੇ, ਉੱਥੇ ਆਪਦੇ ਬੱਚਿਆਂ ਦੀ ਰੋਜ਼ੀ ਕਮਾਉਂਦਾ ਰਹਾਂਗੇ, ਜੋ ਚੀਜ਼ ਪਾਈ ਕਰੇਗਾ। ਜੀ ਬਿਲਕੁਲ, ਤੁਸੀਂ ਨਾ ਹੁਣ ਮਾਸ਼ਾਅੱਲਾ ਕਾਫੀ ਵੱਡਾ ਬਣ ਗਿਆ ਹੈਗਾ, ਔਰ ਇਹਦੇ 'ਚ ਨਾ ਫਿਰ ਮੇਰੇ ਕੋਲ ਮਿੱਟੀ ਬੜੀ ਮੁਸ਼ਕਿਲ ਨਿਕਲਣੀ ਹੈਗੀ ਹੈ। ਕਾਗਜ਼ ਲੈ ਆਓ, ਚਲੋ ਮੈਂ ਕਾਗਜ਼ ਲਾ ਨਹੀਂ ਆ, ਤਾਂ ਫਿਰ ਬੇਗਮ ਸਾਹਿਬ ਨੂੰ ਪਤਾ ਹੈ ਇਸ ਚੀਜ਼ ਦਾ, ਕਿਉਂਕਿ ਉਹ ਕੰਮ ਕਰਦੇ ਨੇ ਮਿੱਟੀ ਦਾ, ਮੈਂ ਤਾਂ ਸਿਰਫ ਉਹਨੂੰ ਕੁੱਟ ਕੇ ਬਣਾ ਕੇ ਦੇ ਸਕਣਾ, ਅਤੇ ਜਿਹੜਾ ਇਹਨਾਂ ਦੇ ਵਿੱਚ ਇਹ ਥੋੜ੍ਹਾ ਜੀ ਉਸ ਤਰ੍ਹਾਂ ਇਹਨੂੰ ਡਬਲ ਕਰਕੇ ਨਾ ਜੀ ਇਸ ਤਰ੍ਹਾਂ ਛਾਪਰ ਪਾ ਕੇ ਫਿਰ ਬਣਾਵਾਂਗੇ। ਹਾਂਜੀ ਇਹਦੇ ਵਿੱਚ ਇਹ ਗੱਲ ਰੇਤ ਵੀ ਕੋਲ ਪਈ ਹੈ, ਰੇਤ ਵੀ ਮਿਕਸ ਕਰਨੀ ਹੁੰਦੀ ਜੀ, ਔਰ ਸੋਡਾ ਵਗੈਰਾ ਵੀ ਪਾਉਣਾ ਹੁੰਦਾ, ਉਹ ਵੀ ਸਾਡੇ ਕੋਲ ਪਈ ਹੈ ਬਾਲਟੀ, ਅਤੇ ਮਿੱਟੀ ਵੀ ਲੱਗ ਗਏ ਆ ਗਏ, ਅਤੇ ਛਾਂ ਵੀ ਇੱਧਰੋਂ ਆ ਗਈ ਕਰਸੀ ਜੀ ਇਸ ਸਾਈਡ ਤੋਂ ਮਕਾਨ ਦੀ ਛਾਂ ਵੀ ਇੱਧਰ ਆ ਗਈ, ਟੋਕੇ ਵੀ ਲਾ ਲਵਾਂਗੇ, ਇਹ ਸਮਾਨ ਪਿਆ ਬਾਈ ਸਾਹਿਬ ਦਰਦ ਉਹਨੇ ਚੱਕ ਲੈਣਾ ਜੀ ਹੁਣ ਇੱਥੋਂ, ਉਹ ਚੱਕ ਲਿਸ ਫਿਰ ਮਿੱਟੀ ਸਾਡੀ ਹੋ ਜਾਵੇ ਸਾਫ਼ ਇਨਸ਼ਾਅੱਲਾ ਤਾਲਾ, ਅੱਲਾਹ ਤਾਲਾ ਦੇ ਕਰਮ ਨਾਲ। ਬਾਕੀ ਆ ਜੀ ਹੁਣ ਇਸ ਤਰੀਕੇ ਨਾਲ ਇਹਦੇ ਛਾਪਰ ਇੱਧਰ ਰੱਖਾਂਗੇ ਜੀ, ਉਹ ਇੱਟਾਂ ਚੱਕ ਕੇ ਇੱਕ ਇੱਧਰ ਪਾਵੇਗੀ। ਹਾਂਜੀ ਇਹ ਵੀ ਵੱਡਾ ਹੀ ਪਾ ਦਿੰਦਾ ਡਬਲ ਕਰਨ ਦਾ, ਇਸ ਤਰੀਕੇ ਸਿੱਧਾ ਫਿਰ ਪਾੜ ਕੇ ਨਾ ਇਸ ਤਰੀਕੇ ਪਾ ਲੈਣਗੇ ਜੀ। ਬਾਕੀ ਇਨਸ਼ਾਅੱਲਾ ਦਰਮਿਆਨ ਪਾਣੀ ਪਾ ਕੇ ਫਿਰ ਮਿੱਟੀ ਪਾਵਾਂਗੇ ਜੀ, ਫਿਰ ਇਹਦਾ ਮਿੱਟੀ ਤਿਆਰ ਹੋ ਜਾਵੇਗੀ ਤੰਦੂਰਾਂ ਦੀ, ਕਿਉਂਕਿ ਤੰਦੂਰ ਫਿਰ ਬਣਦੇ ਤਾਂ ਦਿਖਾਵਾਂਗੇ ਜਿਸ ਤਰੀਕੇ ਪਹਿਲੇ ਬਣਾਈ ਦੇਣ, ਅਤੇ ਅੱਲਾਹ ਤਾਲਾ ਤੰਦਰੁਸਤੀ ਦੇਵੇ ਅਤੇ ਜ਼ਿੰਦਗੀ ਕਰੇ ਕਿ ਜ਼ਿੰਦਗੀ ਦੇ ਨਾਲ ਸਾਰੇ ਕੰਮ ਹੁੰਦੇ ਹਨ, ਅਤੇ ਮਾਸ਼ਾਅੱਲਾ ਅੱਲਾਹ ਤਾਲਾ ਦੇ ਹੁਕਮ ਨਾਲ ਮਿਹਨਤ ਤਾਂ ਸ਼ੁਰੂ ਤੋਂ ਹੀ ਕਦੀ ਫਰਕ ਨਹੀਂ ਕੀਤਾ, ਅੱਲਾਹ ਦੇ ਹੁਕਮ ਨਾਲ ਮਿਹਨਤ ਸਾਰੀ ਅਸੀਂ ਰਲ ਮਿਲ ਕੇ ਕਰਨੇ ਹਾਂ ਦੋਵੇਂ ਜੀ ਮਾਸ਼ਾਅੱਲਾ ਮੀਆਂ ਬੀਵੀ ਅਲਹਮਦੁਲਿਲਾ ਬੜੇ ਸਲੂਕ ਨਾਲ ਬੜੇ ਇੱਕ ਦੂਸਰੇ ਨਾਲ ਇੱਕ ਦੂਸਰੇ ਦਾ ਅਹਿਸਾਸ ਕਰੀਦਾ, ਅਤੇ ਰੱਬ ਦਾ ਸ਼ੁਕਰ ਹੈ। ਹੁਣ ਮਾਸ਼ਾਅੱਲਾ ਜਿਹੜਾ ਨਾ ਬੇਗਮ ਸਾਹਿਬਾ ਇੱਟਾਂ ਜੀ ਉਹ ਪਰਲੀ ਚੱਕ ਲਿਆ ਔਖਾ,
ਉਹ ਉੱਥੇ ਚਾਹ ਲਿਓ ਸਾਹਮਣੇ, ਉਹ ਮੈਂ ਚਾਹ ਦਿੰਦਾ ਚਾਹ, ਤੁਸੀਂ ਇੱਧਰ ਆ ਜਾਓ, ਮੈਂ ਚੱਕ ਰੱਖ ਦਿੰਦਾ, ਕਿਉਂਕਿ ਇਹਨਾਂ ਨੂੰ ਤਜਰਬਾ ਹੈ ਕਿਸ ਤਰੀਕੇ ਟੋੜੇ ਸਾਡਾਂ 'ਤੇ ਇੱਟਾਂ ਰੱਖਣੀਆਂ। ਮੈਨੂੰ ਇਤਨਾ ਨਹੀਂ ਪਤਾ, ਮੈਂ ਇਹਨਾਂ ਨੂੰ ਮਿੱਟੀ ਕੋਟ ਬਣਾ ਕੇ ਦੇ ਸਕਣਾ, ਕਿ ਸ਼ੁਰੂ ਤੋਂ ਮੈਂ ਬਾਹਰ ਕੰਮ ਕਰਦਾ ਸੀ ਫਰੂਟ ਦਾ ਮੰਡੀ ਵਿੱਚ, ਉੱਥੋਂ ਅੱਲਾ ਦਾ ਸ਼ੁਕਰ ਹੈ ਕੋਈ ਦਿਹਾੜੀ ਲੈ ਆਉਂਦਾ ਸੀ ਬੱਚਿਆਂ ਦੀ, ਫਰੂਟ ਦਾ ਕਾਰੋਬਾਰ ਕਰਦਾ ਸੀ, ਅਤੇ ਉਹਦੇ ਵਿੱਚ ਨਾ ਫਿਰ ਜਿਸ ਤਰੀਕੇ ਮੰਗਾਈ ਹੋਈ ਹਟ ਕੇ ਉਹ ਛੱਡ ਦਿੱਤਾ, ਉਤਨੀ ਗੁੰਜਾਇਸ਼ ਨਹੀਂ ਬਣੀ ਕਿ ਮੈਂ ਆਪਣੀ ਦੁਕਾਨ ਕੋਈ ਬਣਾ ਸਕਦਾ ਜਾਂ ਕੋਈ ਕਾਰੋਬਾਰ ਕਰ ਸਕਦਾ। ਅਤੇ ਬੇਗਮ ਸਾਹਿਬ ਦੇ ਨਾਲ ਹੀ ਰਲ ਕੇ ਫਿਰ ਤੰਦੂਰ ਬਣਾਈ ਦੇਣ, ਤਾਂ ਕਿ ਬੱਚਿਆਂ ਦੀ ਰੋਜ਼ੀ ਸ਼ਾਮ ਨੂੰ ਇਕੱਠੀ ਹੋ ਸਕਦੀ ਹੈ, ਇੱਕ ਦੋ ਵਕਤ ਦਾ ਖਾਣਾ ਬੱਚੇ ਰਲ ਕੇ ਖਾ ਸਕਦੇ। ਅਤੇ ਅੱਲਾ ਤਾਲਾ ਜਿਵੇਂ ਜਿਵੇਂ ਹਿੰਮਤ ਦੇਵੇਗਾ, ਜਿਵੇਂ ਜਿਵੇਂ ਗੁੰਜਾਇਸ਼ ਦੇਵੇਗਾ, ਅੱਲਾ ਦੇ ਹੁਕਮ ਨਾਲ ਪਾਣੀ ਪਾਵਾਂਗੇ ਔਰ ਮਿੱਟੀ ਜਿਹੜੀ ਨਾ, ਹਾਂਜੀ ਲਵਾਂਗੇ, ਕੰਮ ਕਰਨਾ ਵੀ ਬੜਾ ਮੁਸ਼ਕਿਲ। ਹਾਂਜੀ ਗਰਮੀ ਬਹੁਤ ਹੈ ਜੀ, ਗਰਮੀ ਬੜੀ ਹੈਗੀ ਹੈ, ਪਰ ਮੇਰੇ ਕੋਲ ਹੁਣ ਇੰਨਾ ਜ਼ਿਆਦਾ ਕੰਮ ਨਹੀਂ ਹੁੰਦਾ ਹੈਗਾ, ਹਾਂਜੀ ਪਰ ਥੋੜ੍ਹਾ ਜਿਹਾ ਸ਼ਾਪਰ ਪਾਇਆ ਪਸੀਨੇ ਪਸੀਨੇ, ਹਾਂਜੀ ਤੰਦੂਰ ਤਾਂ ਫਿਰ ਬਹੁਤ ਮੁਸ਼ਕਿਲ ਬਣਦੇ ਹੈਗੇ, ਵਿੱਚ ਖਲੋ ਕੇ ਬਣਾਉਣੇ ਪੈਂਦੇ ਹਨ। ਹਾਂਜੀ ਅਤੇ ਅੱਲਾ ਤਾਲਾ ਕਰਮ ਕਰਸੀ ਇਨਸ਼ਾਅੱਲਾ ਜੀ, ਇਸ ਤਰ੍ਹਾਂ ਦਾ ਅੱਲਾ ਤਾਲਾ ਕਾਰੋਬਾਰ ਦੱਸੀ, ਅਤੇ ਤਾਂ ਕਿ ਜਿਹੜੀ ਸਾਨੂੰ ਆਸਾਨੀ ਹੋ ਗਈ। ਮਾਸ਼ਾਅੱਲਾ ਜੀ ਸਾਡਾ ਇਹ ਇੱਕ ਟੋੜਾ ਜਿਹਾ ਤਿਆਰ ਹੋ ਗਿਆ, ਜਿਹਦੇ 'ਚ ਅਸੀਂ ਮਿੱਟੀ ਪਾਣੀ ਹੈ ਜੀ, ਇਹ ਕੁੱਟ ਕੇ ਪੀਵਾਂਗੇ, ਫਿਰ ਭੈਣਾਂ ਬਾਈਆਂ ਨੂੰ ਕੱਲ੍ਹ ਦਿਖਾਵਾਂਗੇ, ਕਿਉਂਕਿ ਅੱਜ ਤਾਂ ਗਰਮੀ ਬਹੁਤ ਹੈ, ਕਾਫੀ ਦੇਰ ਲੱਗ ਗਈ। ਔਰ ਮੈਂ ਭੈਣਾਂ ਬਾਈਆਂ ਨੂੰ ਵਿਖਾਉਣਾ ਚਾਹੁੰਦੀ ਸੀ ਕਿ ਬੱਚਿਆਂ ਵਾਸਤੇ ਅਸੀਂ ਲੈਂਦੇ ਗਏ ਈਦ ਦੇ ਕੱਪੜੇ, ਕਿਉਂਕਿ ਮੈਂ ਕਿਹਾ ਚਲੋ ਇਹ ਵੀ ਵਿਖਾ ਲਈਏ। ਆਹ ਜਿਹੜਾ ਸੂਟ ਹੈਗਾ ਨਾ, ਹੈਗਾ ਜੀ ਨੂਰ ਫਾਤਮਾ ਦਾ, ਸਵੇਰ ਘਰ ਆਣ ਜਾ, ਜਿਹੜਾ ਆਹ ਵਾਲਾ ਸੂਟ ਹੈਗਾ ਨਾ, ਇਹ ਹੈਗਾ ਜੀ ਮਾਰੀਆ ਦਾ, ਅਤੇ ਜਿਹੜਾ ਆਹ ਵਾਲਾ ਸੂਟ ਹੈਗਾ ਨਾ ਆਏ, ਅਤੇ ਜਿਹੜੀਆਂ ਨਾ ਛੋਟੀ ਬੱਚੀ ਜਿਹੜੀ ਹੈਗੀ ਨਾ ਵੀਡੀਓ ਦੇ ਵਿੱਚ ਨਹੀਂ ਵੱਡੀਆਂ ਤੋਂ ਆਉਂਦੀਆਂ, ਇਹ ਆਹ ਜੀ ਇੱਕ ਉਹਦਾ ਸੂਟ ਹੈਗਾ ਹੈ ਆਹ ਵਾਲਾ ਆਏ, ਇੱਕ ਜਿਹੜਾ ਹੈ ਨਾ ਉਸ ਤੋਂ ਹੈਗਾ ਆਏ, ਔਰ ਮਾਸ਼ਾਅੱਲਾ ਦੁਪੱਟੇ ਵੀ ਨਾਲ ਹੈਗੇ ਹਨ, ਔਰ ਮਾਸ਼ਾਅੱਲਾ ਨਾ ਪਜਾਮੇ ਵੀ ਬੜੇ ਪਿਆਰੇ ਬਣੇ ਹੋਏ ਆ, ਇਹ ਮੈਂ ਲੈਂਦੇ ਹਨ ਸਾਰਿਆਂ ਬੱਚਿਆਂ ਦਾ ਇੱਕ ਇੱਕ ਸੂਟ। ਔਰ ਜਿਹੜਾ ਇੱਧਰ ਹੀ ਮੈਂ ਨਾ ਆਹ ਜੀ ਸਫਿਆਨ ਵਾਲੀ ਨੇ ਤਾਂ ਆਪਣਾ ਫੜਿਆ ਹੋਇਆ ਹੈਗਾ, ਕਿਉਂਕਿ ਕਾਲੇ ਨੂੰ ਮੈਂ ਪੀਲਾ ਹੀ ਸੂਟ ਲੈ ਕੇ ਦਿੱਤਾ ਹੋਇਆ ਹੈਗਾ, ਆਹ ਦੇਖੋ ਇਹਨੇ ਕਿਹਾ ਜੀ ਮੈਂ ਆਹ ਲੈਣਾ ਹੈਗਾ, ਔਰ ਜਿਹੜਾ ਆਹ ਹੈਗਾ ਨਾ ਅਤੇ ਆਹ ਹੈਗਾ ਸੂਟ ਆਏਗਾ ਜੀ ਇਬ੍ਰਾਹਿਮ ਦਾ, ਅਤੇ ਆਹ ਸੁਫਿਆਨ ਵਾਲੀ ਦਾ ਹੈਗਾ, ਔਰ ਸੁਫਿਆਨ ਵਾਲੀ ਜਿਹੜਾ ਹੈਗਾ ਨਾ ਆਹ ਦੇਖੋ ਇਹ ਜੀ ਅਸੀਂ ਲੈਂਦੇ ਹੈਗੇ ਸੀ ਬੱਚਿਆਂ ਦੇ ਦੋ ਦੋ ਛੋਟਿਆਂ ਦੇ, ਔਰ ਵੱਡੀਆਂ ਬੱਚਿਆਂ ਦੇ ਇੱਕ ਇੱਕ ਸੂਟ ਲੈਂਦਾ ਸੀ ਆਹ ਵਾਲਾ, ਅਤੇ ਸੁਫਿਆਨ ਵਾਲੀ ਜੋ ਸਫ਼ਰ ਨਹੀਂ ਕੀਤਾ ਹੈਗਾ ਸੀ, ਇੰਨੇ ਜਿਹੜੇ ਦਿਨ ਅਸੀਂ ਕੱਪੜੇ ਲੈਂਦੇ ਸੀ ਨਾ ਇਹਨੇ ਫੌਰਨ ਹੀ ਆਉਂਦੇ ਇੱਕ ਨਵਾਂ ਸੂਟ ਪਾ ਲਿਆ ਸੀ, ਅਤੇ ਬਾਕੀ ਇੱਕ ਹੈਗਾ ਹੁਣ ਸੁਫਿਆਨ ਦਾ ਆਹ ਹੈਗਾ ਇਬ੍ਰਾਹਿਮ ਦਾ ਆਹ ਹੈਗਾ ਅਤੇ ਆਹ ਵੀ ਇਬ੍ਰਾਹਿਮ ਦਾ ਹੈਗਾ, ਇੱਕ ਪਤਲੇ ਪਤਲੇ ਹੌਲੇ ਹੌਲੇ ਸੁਫਿਆਨ ਦੇ ਲਿਆ ਕੇ ਦਿੱਤੇ ਹੈਗੇ, ਕਿਉਂਕਿ ਗਰਮੀ ਬਹੁਤ ਹੀ ਜ਼ਿਆਦਾ ਹੈਗੀ ਹੈ ਇਸ ਵਾਸਤੇ, ਆਹ ਦੁਪੱਟਾ ਜੀ ਦੇ ਨਾਲ ਹੈਗਾ, ਔਰ ਆਹ ਜੀ ਸੂਟ ਮੈਂ ਵੀ ਲਿਆ ਹੈਗਾ ਸਾਰੀਆਂ ਗਰਮੀਆਂ ਦੇ ਵਿੱਚ, ਔਰ ਆਹ ਸੂਟ ਜਿਹੜਾ ਹੈਗਾ ਨਾ ਮੈਂ ਸੂਟ ਸਿਲਾਈ ਕਰਨ ਵਾਸਤੇ ਲੈ ਆਈ ਸੀ, ਔਰ ਦੁਪੱਟਾ ਜਿਹੜਾ ਹੈਗਾ ਨਾ ਨਾਲ ਲੈ ਕੇ ਆ ਰਹੀ ਸੀ ਇਸ ਵਾਸਤੇ, ਕਿਉਂਕਿ ਸੁਬਾਹ ਨਾ ਸੂਟ ਵੀ ਆ ਜਾਣਗੇ, ਔਰ ਸੁਬਾਹ ਨਾਲ ਸ਼ਾਇਦ ਅਸੀਂ ਹੋਰ ਫਾਤਮਾ ਅਲਮਾਰੀਆਂ ਨੂੰ ਵੀ ਲਾ ਲਵਾਂਗੇ, ਔਰ ਜੋ ਦੂਸਰੀ ਬੱਚੀ ਉੱਥੇ ਹੈਗੀ ਨਾ ਅਸੀਂ ਇਨਸ਼ਾਅੱਲਾ ਉਹਨੂੰ ਵੀ ਲਾਵਾਂਗੇ, ਕਿਉਂਕਿ ਫਿਰ ਇਹਦੀਆਂ ਰਹਿ ਜਾਣਾ ਈਦ ਦਾ, ਅਤੇ ਉਤਾਰ ਕੇ ਅਸੀਂ ਆਪਣੀ ਤਿਆਰੀ ਪੂਰੀ ਕਰਾਂਗੇ ਇਨਸ਼ਾਅੱਲਾ। ਔਰ ਤੁਸੀਂ ਨਾ ਸਾਨੂੰ ਦੱਸਣਾ ਹੈਗਾ ਕਿ ਕੱਪੜੇ ਸਾਡੇ ਕਿਸ ਤਰੀਕੇ ਦੇ ਲੱਗੇ ਗਏ ਨੇ, ਸਾਰਿਆਂ ਬੱਚਿਆਂ ਦੇ ਵਿੱਚ ਕਿੰਨਾ ਜ਼ਿਆਦਾ ਪਿਆਰਾ ਹੈਗਾ ਹੈ ਨੂਰ ਫਾਤਮਾ ਦਾ ਜਾਂ ਸਾਡਾ ਹੀ, ਕਿੰਨਾ ਖਬਰ ਤਾਂ ਨਾ ਮੇਰੇ ਵਾਸਤੇ ਤਾਂ ਸੁਫਿਆਨ ਵਾਲੀ ਦਾ ਹੀ ਪਿਆਰਾ ਹੈਗਾ, ਕਿਉਂਕਿ ਉਹ ਤਾਂ ਸੁੱਤਾ ਪਿਆਉਟ ਪਿਆ ਗਿਆ ਸੂਟ ਵੇਖਣ ਵਾਸਤੇ, ਅਤੇ ਅੱਲਾ ਪਾਕ ਨਾਲ ਖੁਸ਼ ਰੱਖੇ ਸਭ ਬਹਿਣਾ ਬਾਈ, ਅੱਲਾ ਪਾਕ ਤੰਦਰੁਸਤੀ ਦੇਵੇ ਸਭ ਨੂੰ, ਔਰ ਸਭ ਨੂੰ ਮੇਰੀ ਤਰਫੋਂ ਐਡਵਾਂਸ ਈਦ ਮੁਬਾਰਕ ਵੀ ਹੈਗੀ ਹੈ, ਔਰ ਅੱਲਾ ਪਾਕ ਸਭ ਨੂੰ ਉਹਨਾਂ ਖੁਸ਼ੀਆਂ ਨਸੀਬ ਕਰੇ ਢੇਰ ਸਾਰੀਆਂ, ਔਰ ਜੀ ਨਾ ਇਨਸ਼ਾਅੱਲਾ ਤਾਲਾ ਈਦ 'ਤੇ ਵੀ ਮੁਲਾਕਾਤ ਹੋਵੇਗੀ, ਔਰ ਬੱਚਿਆਂ ਨਾਲ ਵੀ ਸਾਰ ਪੜ੍ਹਨ ਕਰਾਵਾਂਗੇ ਸਾਰਿਆਂ ਨਾਲ ਮੁਲਾਕਾਤ,
ਔਰ ਸਾਰਿਆਂ ਦੇ ਮੈਂ ਬੱਚਿਆਂ ਦੇ ਕੱਪੜੇ ਪੂਰੇ ਕਰ ਦਿੱਤੇ ਹੈਗੇ ਨੇ, ਕਿਉਂਕਿ ਮਾਂ ਪਿਓ ਆਪ ਤਰਾਕ ਜਾਈ ਤਾਂ ਖੈਰ ਹੈ, ਲੇਕਿਨ ਮੈਂ ਜਿਹੜੀ ਹੈਗੀ ਨਾ ਬੱਚਿਆਂ ਦੇ ਸਾਰਿਆਂ ਦੇ ਲੈ ਕੇ ਪਹਿਲਾਂ ਸੂਟ, ਔਰ ਜਿਹੜਾ ਹੈਗਾ ਨਾ ਦੂਸਰਾ ਇੱਕ ਆਪਣਾ ਸੂਟ ਵੀ ਮੈਂ ਲਿਆ ਹੈਗਾ, ਅਤੇ ਇਨਸ਼ਾ ਅੱਲਾਹ ਤਾਲਾ ਅੱਲਾਹ ਪਾਕ ਖੈਰ ਕਰੇਗਾ, ਅਤੇ ਜੇ ਅਸੀਂ ਨਾ ਹਿੱਸਾ ਵੀ ਜਿਹੜਾ ਪਾਉਣਾ ਹੈਗਾ, ਕਿਉਂਕਿ ਅਸੀਂ ਇੱਕ ਆਪਣਾ ਨਾ ਨਵੇਕਲਾ ਡੋਰ ਤਾਂ ਨਹੀਂ ਕਰ ਸਕਦੇ ਹੈਗੇ, ਲੇਕਿਨ ਅਸੀਂ ਹਿੱਸਾ ਪਾਵਾਂਗੇ, 5,000 ਦਾ ਆ ਗਿਆ, 10,000 ਦਾ ਆ ਗਿਆ, 6,000 ਦਾ ਆ ਗਿਆ, ਜਿਹੜਾ ਹਿੱਸਾ ਬਣਿਆ ਨਾ ਇਨਸ਼ਾ ਅੱਲਾਹ ਤਾਲਾ ਅਸੀਂ ਕਿ ਵਿਚਾਰੇ ਬਾਈ ਰਲ ਕੇ ਇਕੱਠੇ ਪਾਈਦਾ ਹੈਗਾ ਹਿੱਸਾ, ਅਤੇ ਇਨਸ਼ਾ ਅੱਲਾਹ ਹੁਣ ਵੀ ਅਸੀਂ ਇਕੱਠੇ ਪਾਵਾਂਗੇ, ਜੋ ਵੀ ਹੈਗਾ ਅਤੇ ਲੜਾਈਆਂ ਝਗੜੇ ਪਾਉਂਦੇ ਨੇ ਹਰ ਗਾਰੇ 'ਚ, ਲੇਕਿਨ ਹਿੱਸਾ ਜਿਹੜਾ ਹੈਗਾ ਨਾ ਇਹ ਸਾਲ ਤਾਂ ਅਸੀਂ ਇਕੱਠਾ ਪਾਵਾਂਗੇ, ਅਤੇ ਇਨਸ਼ਾ ਅੱਲਾਹ ਤਾਲਾ ਅੱਗੇ ਨੂੰ ਅੱਲਾਹ ਤਾਲਾ ਨੇ ਹਿੰਮਤ ਦਿੱਤੀ, ਜ਼ਿੰਦਗੀ ਦਿੱਤੀ, ਅਤੇ ਫਿਰ ਅਸੀਂ ਵੱਖਰੇ ਵੱਖਰੇ ਪਾਵਾਂਗੇ ਆਪਣੇ, ਔਰ ਜੀ ਅੱਲਾਹ ਪਾਕ ਹਾਜ ਸਾਹਿਬ ਦੀ ਜ਼ਿੰਦਗੀ ਕਰੇ, ਔਰ ਹਾਜ ਸਾਹਿਬ ਨੂੰ ਅੱਲਾਹ ਪਾਕ ਬਹੁਤ ਜ਼ਿਆਦਾ ਦੇਵੇ, ਔਰ ਉਹਦੇ ਬੱਚਿਆਂ ਨੂੰ ਤੰਦਰੁਸਤੀ ਦੇਵੇ, ਅਸੀਂ ਉਹਨਾਂ ਦੀਆਂ ਦਾਤ ਮਾਵਾਂ ਕਰਨੇ ਹੈਗੇ, ਔਰ ਜੇ ਬਾਜੀ ਰਾਣੀ ਹੈਗੀ ਨਾ ਅੱਲਾਹ ਪਾਕ ਉਹਨੂੰ ਵੀ ਜ਼ਿੰਦਗੀ ਕਰੇ, ਤਾਂ ਅੱਲਾਹ ਪਾਕ ਨਾ ਵੀ ਸ਼ਫਾ ਦੇਵੇ, ਤਾਂ ਅੱਲਾਹ ਪਾਕ ਉਹਨੂੰ ਤੰਦਰੁਸਤੀ ਦੇਵੇ, ਅੱਲਾਹ ਪਾਕ ਉਹਨੂੰ ਆਪਣੇ ਘਰ 'ਚ ਖੁਸ਼ ਰੱਖੇ, ਔਰ ਉਹਦੀ ਬੇਟੀ ਦੇ ਵੀ ਨਸੀਬ ਅੱਲਾਹ ਪਾਕ ਬਹੁਤ ਅੱਛੇ ਕਰੇ, ਅਸੀਂ ਨਾ ਸਭ ਭੈਣਾਂ ਭਾਈਆਂ ਦੁਆਵਾਂ ਦਿੰਦੇ ਹੈਗੇ, ਯਾਦ ਰੱਖਣੇ ਹੈਗੇ, ਇਨਸ਼ਾਅੱਲਾਹ ਦੁਆਵਾਂ ਵਿੱਚ ਹਮੇਸ਼ਾ ਰੱਖਾਂਗੇ, ਔਰ ਜਿਹੜਾ ਹੈਗਾ ਨਾ ਮਾਸ਼ਾਅੱਲਾਹ ਕੰਮ ਵਗੈਰਾ ਅਸੀਂ ਵੇਖ ਲਿਆ ਜਾ ਆਪਣਾ ਸਾਰਾ, ਅਤੇ ਹੁਣ ਜਿਹੜਾ ਨਾ ਵੀਡੀਓ 'ਚ ਇਜਾਜ਼ਤ ਵੀ ਚਾਹੁੰਦੇ ਹਾਂ ਸਭ ਭੈਣਾਂ ਭਾਈਆਂ ਕੋ, ਕਿ ਸਾਡੀ ਵੀਡੀਓ ਨੂੰ ਲਾਈਕ ਸਬਸਕ੍ਰਾਈਬ ਕੀਤਾ ਕਰੋ, ਔਰ ਐਂਡ ਤੱਕ ਵੇਖਿਆ ਕਰੋ, ਅਤੇ ਕਮੈਂਟ ਕਰਕੇ ਸਾਨੂੰ ਤੁਸੀਂ ਜ਼ਰੂਰ ਦੱਸਣਾ ਹੈਗਾ ਸਭ ਭੈਣਾਂ ਭਾਈਆਂ ਨੇ ਕਿ ਸਾਡੇ ਕੱਪੜੇ ਕਿਸ ਤਰ੍ਹਾਂ ਦੇ ਹੈਗੇ ਆ, ਅਤੇ ਇਨਸ਼ਾਅੱਲਾਹ ਤਾਲਾ ਸੁਬਹ ਮਿਲਾਂਗੇ ਇੱਕ ਅੱਛੇ ਵਲੌਗ ਦੇ ਨਾਲ, ਅੱਲਾਹ ਹਾਫਿਜ਼।